ਬਾਕੀ ਮੈਂ ਤੁਹਾਨੂੰ ਕਹਿ ਚੁੱਕਿਆ ਕਿ ਹਾਈ ਕਮਾਂਡ ਸੁਪਰੀਮ ਹੈ, ਜੋ ਵੀ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੋਏਗਾ, ਲੇਕਿਨ ਸਾਡੀਆਂ ਭਾਵਨਾਵਾਂ ਦੇ ਖਿਲਾਫ ਕੋਈ ਫੈਸਲਾ ਨਹੀਂ ਹੋਏਗਾ। 13 ਦੀਆਂ 13 ਸੀਟਾਂ ਤੇ ਅਸੀਂ ਆਪਦੇ ਪਾਰਲੀਮੈਂਟ ਮੈਂਬਰ ਲੜਾਉਣ ਦੀ ਤਿਆਰੀ ਕਰ। ਲੇਕਿਨ ਚੰਡੀਗੜ੍ਹ ਦੇ ਵਿੱਚ ਜੋ ਕੁਝ ਹੋਇਆ, ਮੇਅਰ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਔਰ ਕਾਂਗਰਸ ਇਕੱਠੀ ਹੁੰਦੀ ਹੋਈ ਨਜ਼ਰ ਆਈ ਹੈ, ਔਰ ਕਾਂਗਰਸ ਦੇ ਲੀਡਰ ਤੇ ਇਹ ਕਹਿੰਦੇ ਨਜ਼ਰ ਆਏ ਨੇ ਕਿ ਇੰਡੀਆ ਅਲਾਇੰਸ ਦੀ ਪਹਿਲੀ ਜਿੱਤ ਹੈ। ਦੇਖੋ 2-3 ਇਹਦੇ ਵਿੱਚ ਹੋਰ ਗੱਲਾਂ ਹੈ, ਕਿਉਂਕਿ ਇਹ ਕੋਈ ਚੋਣ ਨਹੀਂ ਹੋ ਰਿਹਾ, ਕੋਈ ਚੋਣ ਦੇ ਵਿੱਚ ਸੀਟਾਂ ਵੰਡ ਲਈਆਂ ਗਈਆਂ ਕਾਂਗਰਸ ਪਾਰਟੀ ਨੇ ਔਰ ਆਮ ਆਦਮੀ ਪਾਰਟੀ ਨੇ। ਹਾਲਾਂਕਿ ਚੰਡੀਗੜ੍ਹ ਯੂਨਿਟ ਅਲੱਗ ਹੈ, ਉਹਨਾਂ ਨੇ ਹਰ ਪ੍ਰਦੇਸ਼ ਦਾ ਮੁੱਦਾ ਅਲੱਗ ਹੈ, ਹਰ ਦੇਸ਼ ਦਾ ਮੁੱਦਾ ਅਲੱਗ ਹੈ, ਹਰ ਪਿੰਡ ਦਾ ਮੁੱਦਾ ਅਲੱਗ ਹੈ। ਉਹਨਾਂ ਨੇ ਕੋਈ ਚੁਣਾਵ ਇਕੱਠੇ ਨਹੀਂ ਲੜ ਰਹੇ, ਕਾਈਂਡਲੀ ਅੰਡਰਸਟੈਂਡ। ਇੱਕ ਹੋਰ ਦੇਸ਼ ਵਿਰੋਧੀ ਤਾਕਤ ਹੈ ਬਹੁਤ ਵੱਡੀ, ਬੀਜੇਪੀ, ਉਹਨੂੰ ਰੋਕਣ ਵਾਸਤੇ ਮੈਂ, ਹਾਲਾਂਕਿ ਆਈ ਐਮ ਨੋਬਡੀ ਉਹਦੇ ਚ ਕਮੈਂਟ ਕਰਾਂ, ਉਹਨਾਂ ਨੇ ਇਕੱਠੇ ਹੋ ਕੇ ਕੋਈ ਆਪਦੇ ਕੀ ਉਹਨਾਂ ਦੇ ਮਨ ਦੇ ਵਿੱਚ ਗੱਲ ਹੈ ਕਿ ਇੱਕ ਵਾਰੀ ਪਹਿਲਾਂ ਇਹਨਾਂ ਨਾਲ ਨਿਬੜ ਲਈਏ, ਜਾਂ ਕੀ ਉਹਨਾਂ ਨੇ ਸੋਚਿਆ ਹੋਏਗਾ ਔਰ ਕੀਤਾ ਹੋਏਗਾ, ਔਰ ਚੰਡੀਗੜ੍ਹ ਕੀ ਕਰਦਾ ਜਾਂ ਨਹੀਂ ਕਰਦਾ, ਉਹਦਾ ਸਾਡੇ ਤੇ ਕੀ ਅਸਰ ਹੈ, ਅਸੀਂ ਦੇਖਣਾ ਪੰਜਾਬ ਵਾਲਿਆਂ ਨੇ ਕੀ ਕਰਨਾ ਜਾਂ ਨਹੀਂ ਕਰਨਾ। ਨਾਲੇ ਉਹਨਾਂ ਨੇ ਕੋਈ ਇਹ ਨਹੀਂ ਵੀ MC ਅੱਧੇ ਉਹ ਲੜੇ ਜਾਂ ਉਹ ਲੜੇ, ਅਸੀਂ MC ਲੜੇ, ਇਸ ਗੱਲ ਦਾ ਕੋਈ ਸਮਝੌਤਾ ਨਹੀਂ ਹੋਇਆ। ਇਹ ਹੋਇਆ ਵੀ ਮਿਹਰਬਾਨਾ, ਕਿਉਂਕਿ ਬੀਜੇਪੀ ਜ਼ਾਸਤੀ ਕਰ ਰਹੀ ਹੈ, ਧੱਕਾ ਕਰ ਰਹੀ ਹੈ, ਕੋਈ ਬੰਦੇ ਚੱਕ ਕੇ ਲੈ ਗਈ ਹੈ ਕਿ ਧੱਕੇ ਨਾਲ ਆਪਦਾ ਮਿਹਰ ਬਣਾਉਣੇ ਚਾਹੁੰਦੇ ਹੈ, ਫਿਗਰ ਕੋਈ ਹੋਰ ਹੈ ਬਣਾਉਣਾ ਉਹ ਮੇਅਰ ਚਾਹੁੰਦੇ ਹੈ। ਕਈ ਵਾਰੀ ਜਦੋਂ ਕਿਸੇ ਵਿਅਕਤੀ ਨਾਲ ਜ਼ਾਸਤੀ ਹੁੰਦੀ ਹੈ ਤਾਂ ਫਿਰ ਸਾਰੇ ਉਹਦੇ ਨਾਲ ਖੜ ਜਾਂਦੇ ਆ, ਜਿਵੇਂ ਅੱਜ ਖਹਿਰਾ ਸਾਹਿਬ ਦੇ ਨਾਲ ਸਾਰੇ ਖੜ ਗਏ। ਪਰ ਰਾਘਵ ਚੱਡੇ ਦਾ ਬਿਆਨ ਆਇਆ ਜੀ ਇੰਡੀਆ ਗਠਜੋੜ ਜਿਹੜਾ ਹੋਇਆ ਚੰਡੀਗੜ੍ਹ ਦੇ ਵਿੱਚ, ਵੀ ਪੂਰੇ ਦੇਸ਼ ਦੇ ਵਿੱਚ ਇਸੇ ਤਰ੍ਹਾਂ ਗਠਬੰਧਨ ਨੂੰ ਸਫਲਤਾ ਮਿਲੇਗੀ। ਯਾਰ ਰਾਘਵ ਚੱਡਾ ਜੀ ਦਾ ਬਿਆਨ ਆਇਆ ਤੇ ਮੈਂ ਹੁਣ ਰਾਘਵ ਚੱਡਾ ਜੀ ਦੇ ਬਿਆਨ ਤੇ ਕੀ ਟਿੱਪਣ ਟਿੱਪਣੀ ਕਰਾਂ? ਉਹ ਉਹਨਾਂ ਨੇ ਚੰਡੀਗੜ੍ਹ ਦੀ ਗੱਲ ਕੀਤੀ ਹੈ ਤਾਂ ਉਹ ਠੀਕ ਹੈ, ਹੁਣ ਕੱਲ ਨੂੰ ਮਾਨ ਸਾਹਿਬ, ਕੱਲ ਨੂੰ ਭਗਵੰਤ ਮਾਨ ਜੀ ਨੇ ਇਸ ਬਾਰੇ ਕੀ ਕਿਹਾ ਹੈ ਔਰ ਜਾਂ ਰਾਘਵ ਚੱਡਾ ਜੀ ਨੇ ਕੀ ਕਿਹਾ, ਉਹ ਤੁਸੀਂ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ। ਹੋ ਕੈਨ ਟੈਲ ਯੂ ਮਾਈ ਫੀਲਿੰਗਸ ਬਈ, ਮੀਡੀਆ ਪਲੇਟਫਾਰਮ ਤੇ ਮੈਂ ਆਪਦੇ ਦਿਲ ਦੀਆਂ ਭਾਵਨਾਵਾਂ ਤੁਹਾਨੂੰ ਨਹੀਂ ਦੱਸ ਸਕਦਾ। ਮੈਂ ਆਪਣੀਆਂ ਦਿਲ ਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ, ਮੈਂ ਇੱਕ ਡਿਸਿਪਲਿਨ ਸਿਪਾਹੀ ਹਾਂ, ਮੈਂ ਦੂਸਰੇ ਲੋਕਾਂ ਨੂੰ ਇਹ ਨਹੀਂ ਗਾ ਕਿ, ਕਿਉਂਕਿ ਸਾਨੂੰ ਸਿਖਾਈ ਪਾਰਟੀ ਨੇ, ਬਲਾਕ ਸਤਰ ਤੋਂ ਚੱਲ ਕੇ ਮੈਂ ਇੱਥੋਂ ਤੱਕ ਪਹੁੰਚਿਆ ਹਾਂ ਕਿ ਇਹ ਨਹੀਂ ਆ ਕਿ ਸਾਰੀ ਗੱਲ ਜਿਹੜੀ ਤੁਹਾਡੇ ਮਨ ਦੀ ਉਹ ਤੁਸੀਂ ਮੀਡੀਆ ਪਲੇਟਫਾਰਮ ਤੇ ਜਾ ਕੇ ਦੱਸਣੀ ਹੈ। ਹਾਂ, ਮੀਡੀਆ ਪਲੇਟਫਾਰਮ ਤੇ ਵੀ ਦੱਸਣੀ ਹੈ, ਜਿਸ ਦੇ ਨਾਲ ਕੋਈ ਇਸ ਤਰ੍ਹਾਂ ਦੀ ਤਿਆਰੀ ਹੋ ਜਾਏਗੀ ਤਾਂ ਫਿਰ ਤੁਹਾਨੂੰ ਇਹ ਗੱਲ ਮੈਂ ਦੱਸਾਂਗਾ ਤਾਂ ਜੋ ਤੁਸੀਂ ਪੰਜਾਬ ਦੇ ਲੋਕਾਂ ਤੱਕ ਉਹ ਗੱਲ ਪੁੱਛਾ ਦਿਓ। ਦੇਖੋ ਮੈਂ ਫਿਰ ਤੁਸੀਂ ਦੂਸਰੇ ਇਧਰੋਂ ਆਖੇ ਕੰਨ ਨਹੀਂ ਫੜਨਾ, ਇਧਰੋਂ ਫੜਨਾ, ਮੈਂ ਤੁਹਾਨੂੰ ਕਹਿਤਾ ਕਿ ਹਜੇ ਤੱਕ 13 ਦੀਆਂ 13 ਸੀਟਾਂ ਤੇ ਕਾਂਗਰਸ ਪਾਰਟੀ ਚੁਣਾਵ ਦੀ ਤਿਆਰੀ ਕਰ ਰਹੀ ਹੈ ਔਰ ਪੰਜਾਬ ਦੇ ਹਰ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰ ਰਹੀ ਹੈ। ਅਲਟੀਮੇਟਲੀ ਜੋ ਫੈਸਲਾ ਹੋਗਾ ਉਹ ਹਾਈ ਕਮਾਂਡ ਦਾ ਹੋਏਗਾ।